ਇਹ ਜੀ ਅਮਨ ਲਿਆਉਣਾ ਸੀ, ਅਮਨ ਤਲੀਮ ਅਤੇ ਤਰੱਕੀ, ਅਮਨ ਲਿਆਉਣਾ ਜੀ ਅਸੀਂ। ਪਹਿਲੇ ਤਾਂ ਸਾਰਾ ਤਾਂ ਪਰਚੇ ਕਰਾਓ ਹਾਂ ਤਾਂ ਕਿ ਅਮਨ ਦਾ ਆਗਾਜ਼ ਤਾਂ ਖੂਬਸੂਰਤ ਹੋਇਆ ਨਾ, ਤੇਰਾ ਪਤਾ ਲੱਗਣਾ ਚਾਹੀਦਾ ਅਮਨ ਆਉਂਦਾ ਪਿਆ ਮਾਸ਼ਾ ਅੱਲਾਹ। ਤੁਸੀਂ ਮੈਨੂੰ ਆਪਣੀ ਇਮਾਨਦਾਰੀ ਨਾਲ ਦੱਸੋ ਕਿ ਇਹ ਜਿਹੜੀ ਮਹਿੰਗਾਈ ਖਾ ਗਈ ਹੈ ਸਾਨੂੰ, ਹਰ ਘਰ ਦੇ ਵਿੱਚ ਚੁੱਲ੍ਹੇ ਦੇ ਉੱਤੇ ਲੜਾਈ ਨਹੀਂ ਪਈ ਦੀ, ਅਮਨ ਕਿੱਥੋਂ ਆਉਣਾ? ਇੱਥੇ ਤਾਂ ਘਰ ਘਰ ਲੜਾਈ ਪਵਾਤੀ ਹੈ ਕਿ ਦੁੱਧ ਹੈ ਨਹੀਂ, ਅੰਡੇ ਹੈ ਨਹੀਂ, ਆਟਾ ਹੈ ਨਹੀਂ, ਘਿਓ ਹੈ ਨਹੀਂ, ਬੱਚੇ ਦੀ ਫੀਸ ਹੈ ਨਹੀਂ, ਬਿਜਲੀ ਦਾ ਬਿੱਲ ਹੈ ਨਹੀਂ। ਇਹ ਕਾਹਦਾ ਅਮਨ ਹੈ? ਇਹ ਤਾਂ ਐਸਾ ਇਕਬਾਲ ਸਾਹਿਬ ਤੁਹਾਡਾ ਇਬਤਦਾਈ ਤੋਹਫਾ ਹੈ ਇਸ ਵਿਚਾਰੀ ਗਰੀਬ 25 ਕਰੋੜ ਆਵਾਮ ਦੀ, ਪੂਰੇ ਪਾਕਿਸਤਾਨ ਦੇ ਵਿੱਚ ਤੂੰ ਖੱਜਲ ਕਰ ਦਿੱਤਾ ਸਾਨੂੰ, ਹੁਣ ਉਹ ਤਾਂ ਤੇਰੀ ਸ਼ਿਕਾਰ ਕਰ ਦੇਗੀ ਉਹਦੇ ਵਿੱਚ, ਹੁਣ ਤੂੰ ਕਹਿੰਦਾ ਤੂੰ ਅਮਨ ਲਿਆਉਣਾ ਅਤੇ ਰਾਤਾਂ 'ਚ ਜਾ ਕੇ ਤਾਂ ਲੋਕਾਂ ਦੇ ਬੂਹੇ ਖੜਕਾਉਣਾ ਪਿਆ ਮਹਿਕਮਿਆਂ ਕੋਲੋਂ ਕਿ ਜੀ ਤੁਸੀਂ ਇੱਧਰ ਵੋਟ ਪਾਏ, ਇਹ ਅਮਨ ਲਿਆਉਣਾ ਦਰ ਫਿੜਿਆ ਮੂੰਹ ਤੇਰੇ ਅਮਨ ਦਾ। ਇਸ ਵਾਸਤੇ ਮੈਂ ਸਭ ਦੋਸਤਾਂ ਨੂੰ